ਇੱਥੋਂ ਕਾਮਰੇ ਬਲਦੇਵ ਜੀ, ਇੱਥੋਂ ਦੀ ਸਾਬਕਾ ਮੌਜੂਦਾ ਪੰਚਾਇਤ ਸਰਪੰਚ ਸਾਹਿਬ, ਸਾਰੇ ਪਤਵੰਤ ਸੱਜਣ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੁਨੀਆ 'ਚ ਆਉਂਦੇ ਨੇ ਅਤੇ ਜਿਨ੍ਹਾਂ ਨੂੰ ਸਾਰੇ ਵਰਗਾਂ ਦੇ ਲੋਕ ਹੀ ਪਿਆਰ ਕਰਦੇ ਆ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਰਾਜਨੀਤੀ 'ਚ ਆਉਂਦੇ ਆ ਪਰ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਪਿਆਰ ਕੀਤਾ ਜਾਂਦਾ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਦੇਸ਼ ਲਈ ਘਰ ਛੱਡੇ, ਜਵਾਨੀ ਲੇਖੇ ਲਾਈ, ਪੜ੍ਹਾਈ ਲੇਖੇ ਲਾਈ, ਉਸ ਤੋਂ ਬਾਅਦ ਆਜ਼ਾਦ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਵੀ ਬਣੇ। ਕਿੰਨਾ ਜ਼ਿਆਦਾ ਵਧੀਆ ਲੱਗਦਾ ਹੋਊ ਉਹਨਾਂ ਨੂੰ ਕਿ ਇਸ ਮੁਲਕ ਲਈ ਲੜੇ ਅਤੇ ਉਸੇ ਮੁਲਕ ਦੀ ਲੋਕ ਸਭਾ ਦੇ ਵਿੱਚ ਹਾਜ਼ਰ। ਉਹਨਾਂ 'ਚੋਂ ਇੱਕੋ ਇੱਕ ਸ਼ਖਸੀਅਤ ਹੈ, ਤੇਜਾ ਸਿੰਘ ਸੁਤੰਤਰ ਜੀ ਦਾ ਨਾਮ ਹੁੰਦਾ। ਵੀਰੋ 1901 'ਚ ਜੰਮੇ ਸੀ, ਭਗਤ ਸਿੰਘ ਨਾਲੋਂ 6 ਸਾਲ ਵੱਡੇ ਸੀ। ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਹੋ ਰਹੀ ਸੀ ਉਸ ਵੇਲੇ ਉਹ ਆਜ਼ਾਦੀ ਦੀ ਲਹਿਰ 'ਚ ਸੀਗੀ। 1931-32 'ਚ ਗਦਰੀ ਬਾਬਿਆਂ ਨਾਲ ਸੰਪਰਕ ਹੋਇਆ, ਉਹਨਾਂ ਨੇ ਮਿਲਟਰੀ ਟ੍ਰੇਨਿੰਗ ਲਈ ਭੇਜਿਆ ਤੁਰਕੀ, ਫਿਰ ਕਿਊਬਾ, ਜਰਮਨੀ, ਅਮਰੀਕਾ, ਕਨੇਡਾ, ਬਹੁਤ ਸਾਰੇ ਮੁਲਕ ਉਹਨਾਂ ਨੇ ਪੰਜਾਬੀ ਜਿਹੜੇ ਰਹਿੰਦੇ ਸੀ, ਭਾਰਤੀ ਜਿਹੜੇ ਰਹਿੰਦੇ ਸੀ ਦੁਨੀਆ ਤੋਂ ਬਾਹਰ, ਉਹਨਾਂ ਨੂੰ ਇਕੱਠੇ ਲਾਮਬੰਦ ਕਰਨ 'ਚ ਲਾਇਆ ਟਾਈਮ। ਇੱਥੇ ਆਏ, ਗੋਰੀ ਹਕੂਮਤ ਨੇ ਫੜ ਕੇ ਜੇਲ੍ਹ 'ਚ ਦਿੱਤਾ, ਲੁਕ ਛਿਪ ਕੇ ਵੀ ਰਹਿੰਦੇ ਰਹੇ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ। ਲੋਕ ਸਭਾ ਦੀਆਂ ਚੋਣਾਂ ਆਈਆਂ, ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਬਹੁਤ ਵੱਡੀ ਲੋਕ ਸਭਾ ਸੀ ਉਸ ਵੇਲੇ, ਉਸ ਵੇਲੇ ਜਿਹੜਾ ਸੀਗਾ ਹਲਕਾ ਬਹੁਤ ਜ਼ਿਆਦਾ ਵੱਡਾ ਸੀਗਾ। ਉਦੋਂ ਜਿੱਤੇ, ਭਾਰਤ ਦੀ ਪਾਰਲੀਮੈਂਟ ਚਲੇ ਗਏ, ਇੱਕ ਝੋਲਾ ਲੈ ਕੇ ਜਾਂਦੇ ਹੁੰਦੇ ਸੀ ਲੋਕ ਸਭਾ 'ਚ, ਝੋਲਾ ਹੁੰਦਾ ਸੀ ਹੱਥ 'ਚ, ਬੋਲਦੇ ਬਹੁਤ ਵਧੀਆ ਸੀ ਕਿਉਂਕਿ ਜਿਹੜੇ ਬੰਦੇ ਨੇ ਦੇਸ਼ ਵਾਸਤੇ ਲੜਿਆ ਹੋਵੇ ਉਹਨੂੰ ਲਿਖ ਕੇ ਬੋਲਣ ਦੀ ਲੋੜ ਨਹੀਂ ਪੈਂਦੀ, ਉਹ ਦਿਲੋਂ ਬੋਲਦਾ ਹੁੰਦਾ, ਉਹਨੂੰ ਲਿਖਣਾ ਨਹੀਂ ਪੈਂਦਾ। ਜਿਹੜੇ ਬੰਦੇ ਨੇ ਕੋਈ ਲੜਾਈ ਲੜੀ ਆ, ਜਿਹੜਾ ਸੱਚ ਬੋਲਦਾ ਉਹਨੂੰ ਲਿਖਣਾ ਨਹੀਂ ਪੈਂਦਾ। ਬੋਲਦੇ ਹੁੰਦੇ ਸੀ, ਬੜੇ ਮੁੱਦੇ ਉਠਾਉਂਦੇ ਸੀ। ਸੰਗਰੂਰ ਵਾਲੇ ਤਾਂ ਵੈਸੇ ਹੀ, ਹਾਲਾਂਕਿ ਜੰਮੇ ਉਹ ਗੁਰਦਾਸਪੁਰ ਦੇ ਸੀ, MP ਇੱਥੋਂ, ਇਨਕਲਾਬ ਦੇ ਮੁੱਢ ਤਾਂ ਸੰਗਰੂਰੀਆਂ ਨੇ ਬੰਨੇ ਨੇ, ਜਿੰਨੇ ਬੰਨੇ ਨੇ ਕਰਦੇ ਕਰਾਉਂਦੇ। ਤੇਜਾ ਸਿੰਘ ਸੁਤੰਤਰ ਤੋਂ ਲੈ ਕੇ 2014 'ਚ ਮੇਰਾ ਨੰਬਰ ਵੀ ਆ ਗਿਆ, ਇਹ ਕੰਮ ਵੀ ਸੰਗਰੂਰੀਆਂ ਨੇ ਕੀਤਾ। ਫਿਰ 19 'ਚ ਫੇਰ ਕਹਿੰਦੇ ਇੱਕੋ ਹੀ ਆ, ਚਾਹੇ ਸਾਡਾ, ਪਰ ਇਹ ਤੁਸੀਂ ਯਕੀਨ ਕੀਤਾ। 22 'ਚ ਉਦੋਂ ਵੱਡਾ ਯਕੀਨ ਕੀਤਾ, ਅੱਜ ਤੁਸੀਂ ਮੈਨੂੰ ਉੱਥੇ ਪਹੁੰਚਾਤਾ ਜਿੱਥੇ ਸੁਪਨਾ ਵੀ ਨਹੀਂ ਲੈ ਸਕਦਾ ਕੋਈ। ਮੈਂ 7 ਜਨਮ ਲੈ ਕੇ ਵੀ ਹਰ ਸਾਹ ਤੋਂ ਬਾਅਦ ਜੇ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ 7 ਜਨਮ ਪੂਰੇ ਨਹੀਂ ਪੈਣੇ ਤੁਹਾਡੇ ਇੱਜ਼ਤ, ਤੁਹਾਡੇ ਪਿਆਰ ਵਾਸਤੇ। ਪਰ ਕੋਸ਼ਿਸ਼, ਜਿਸ ਤਰ੍ਹਾਂ ਅਰਸ਼ੀ ਸਾਹਿਬ ਨੇ ਕਿਹਾ, ਬਹੁਤ ਤਜਰਬੇਕਾਰ ਬੰਦੇ ਨੇ, ਬੜੀਆਂ ਹਨੇਰੀਆਂ ਝੱਖੜ ਦੇਖੇ ਹੋਏ ਇਹਨਾਂ ਨੇ, ਤਜਰਬਾ ਇਹਨਾਂ ਕੋਲ ਬਹੁਤ ਜ਼ਿਆਦਾ, ਇਹ ਤਜਰਬਾ ਲੈਣਾ ਚਾਹੀਦਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ। ਮੈਂ ਤਾਂ ਇਹ ਕਹਿੰਦਾ ਹੁੰਦਾ, ਮੈਂ ਅਕਸਰ ਕਹਿੰਦਾ ਹੁੰਦਾ, ਵੋਟਾਂ ਦਾ ਰੌਲਾ ਤੁਸੀਂ ਲਾ ਲਓ ਵੀ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਤਾਂ 1850 ਦਿਨ ਬਣਦਾ, ਲਾ ਲਓ 5 ਸਾਲਾਂ ਬਾਅਦ 1850 ਦਿਨ ਬਣਦਾ, 5 ਸਾਲਾਂ ਦਾ 50 ਕੁ ਦਿਨ ਵੋਟਾਂ ਦਾ ਰੌਲਾ ਪੈਂਦਾ, ਚਲ 2 ਮਹੀਨੇ ਲਾ ਲਓ, ਚਲੋ 2 ਕੁ ਮਹੀਨੇ ਪਿੰਡਾਂ ਵਾਲਿਓ ਮੇਰੀ ਗੱਲ ਸੁਣ ਲਓ ਧਿਆਨ ਨਾਲ, 2 ਕੁ ਮਹੀਨੇ ਜਿਹੜੀ ਮਰਜ਼ੀ ਪਾਰਟੀ ਕਨੀ ਹੋ ਜਾਇਆ ਕਰੋ, ਤੁਹਾਡੀ ਆਪਦੀ ਰਾਏ ਹੈ, ਲੋਕਤੰਤਰ ਹੈ, ਜਿਹਨੂੰ ਮਰਜ਼ੀ ਜਿਹਦੇ ਨਾਲ ਮਰਜ਼ੀ ਹੋ ਜਾਓ 2 ਕੁ ਮਹੀਨੇ, ਉਦੋਂ ਬਾਅਦ ਜਿਹੜਾ ਜਿੱਤ ਗਿਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਬਾਕੀ 1800 ਦਿਨ ਤੱਕ ਇਕੱਠੇ ਰਹੋ, ਬਾਕੀ 1800 ਦਿਨ ਤੱਕ ਇਕੱਠੇ ਹੋ ਨਾ। ਬਾਕੀ ਵੀ ਆਪਾਂ ਤਾਂ ਦੁਸ਼ਮਣੀਆਂ ਪਾ ਲੈਂਦੇ ਹਾਂ ਵੀ ਉਹਨਾਂ ਦੀ ਗਲੀ ਵਿੱਚ ਨਹੀਂ ਜਾਣਾ, ਉਹਨਾਂ ਦੀ ਬਰਾਤ ਨਹੀਂ ਚੜ੍ਹਨੀ, ਉਹਨਾਂ ਦੇ ਭੋਗ 'ਤੇ ਨਹੀਂ ਜਾਣਾ, ਇਹ ਆਪਣੇ ਵਿਰੁੱਧ ਸੀ ਉਦੋਂ, ਇਹ ਕੰਮ ਨਹੀਂ ਕਰਨਾ। ਵੋਟਾਂ ਵੇਲੇ ਆਪਾਂ ਨੂੰ ਹੱਕ ਹੈ, ਹਰੇਕ ਨੂੰ ਹੱਕ ਹੈ ਵੀ ਉਹ ਭਾਵੇਂ ਜਿੱਧਰ ਮਰਜ਼ੀ ਹੋ ਜਾਵੇ
पर वोटां तो बाद भाई जिहड़ा जित गया उहनूं वधाईआं दे के कहो चलो पिंड दे काम कराईए, पिंड दे जदों सांझे काम कराउणे होण उदों इकट्ठे हो जाओ। सरपंची वेले भी मैं अनाउंस कीता सी, MPC मैं RC साहब जदों इत्थों तां मैं अनाउंस कीता सी कि पिंड जिहड़ा पिंड सर्वसंमति करूगा 5 लाख रुपया उहनूं पहलां देवांगे जिहड़ा सर्वसंमति च करूगा, क्योंकि सरपंची वेले लड़ाइयां बहुत होंदियां, 7-52 दे केस हो जांदे ने, घरां मूर दी ललकारे मार के लंघण लंघ जांदे आ, ललकारियां 'च जित जांदे, पहले तां उहने 5 मारे सी आपां 7 मारे आ। एकता, मैं ये चाहना सरपंच जिहड़ा वह किसी पार्टी का नहीं होना चाहिए, सरपंच पिंड का होना चाहिए, पिंड का सरपंच जिहड़ा सारे नूं कहे आ जाओ भाई वैलकम, तुसीं भी आओ टूरनामेंट ते हरेक नूं बुलाओ, बल्कि जिहड़ा वध पैसे दिंदा वैसे उहनूं बुलाओ नाल, चीफ गैसट बनाओ उहनूं, अगले नूं हुण टूरनामेंट ते भाई इकट्ठ मिलता है, उहने आपदा कोई लीडर बनना तां फिर इकट्ठ कित्थे मिलदा, ऊं ऐ करिया कराया उहनूं कहो भी तूं किन्ने दिंदा साडे पिंड नूं, तूं दस तैनूं तैनूं मुख मेहमान बना दिंदे आ, लो कम पिंड वास्ते। सो इस करके अज का दिन यह है, इतने कोई पार्टी का प्रोग्राम नहीं किसी का, ना आम आदमी पार्टी का ना CPI का, इतने आप सारे कट्ठे हाँ। वो बंदा जिहड़ा सी तेजा सिंह सतुंतर, उसकी शख्सियत वाल देखो, आप बहुत बौने लगते हैं, बहुत छोटे लगते हैं उनके मुकाबले। जिस वेले मौत हुई तेजा सिंह सतुंतर जी की, पार्लीमेंट के विच बोल रहे सी, दिल का दौरा पै गया, इंदिरा गांधी उदों मौजूद सी पार्लीमेंट च, तो जदों इंदिरा गांधी कट हो गया भी रौला पै गया जदों कि दौरा पै गया, MP डिग पिया, तो इंदिरा गांधी ने झोला चक्या, जिहड़ा झोला सी उस झोले चों 2 सुक्कियां रोटियां ते धरती नूं प्यार करदे आ। ਉਹ ਬੰਦੇ ਉਹਨਾਂ ਦੇ ਨਾਂ 'ਤੇ ਕੁਛ ਵੀ ਬਣਾ ਦੋਗੇ ਛੋਟਾ ਲੱਗੂਗਾ। ਭਾਰਤ ਰਤਨ ਅਵਾਰਡ ਸਭ ਤੋਂ ਵੱਡਾ ਅਵਾਰਡ ਹੈ ਦੇਸ਼ ਦਾ, ਭਾਰਤ ਰਤਨ ਅਵਾਰਡ। ਮੈਂ ਪਾਰਲੀਮੈਂਟ 'ਚ ਬੋਲਿਆ ਸੀ ਕਿ ਭਾਰਤ ਰਤਨ ਉਹਨੂੰ ਦਿਆ ਕਰੋ ਜਿਹਨੂੰ ਦਿੱਤੇ ਨਾਲ ਭਾਰਤ ਰਤਨ ਅਵਾਰਡ ਦਾ ਇੱਜ਼ਤ ਵਧੇ ਉਹਦੀ, ਵੀ ਆਹ ਭਾਰਤ ਰਤਨ ਇਹਨੂੰ ਦਿੱਤਾ, ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੀ ਹੈ, ਚੱਕ ਕੇ ਹਰੇਕ ਨੂੰ ਫੜਾ ਦਿੰਦੇ ਹੋ। ਮੈਂ ਕਿਹਾ ਜੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਨਹੀਂ ਵੀ ਦੇਣਗੇ ਉਹ ਆਪਣੇ ਦਿਲਾਂ 'ਚ ਉਹਨਾਂ ਦੀ ਇੱਜ਼ਤ ਨਹੀਂ ਘੱਟਦੀ, ਪਰ ਜੇ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਹੋਰਾਂ ਨੂੰ, ਸ਼ਹੀਦ ਊਧਮ ਸਿੰਘ ਵਰਗਿਆਂ ਨੂੰ ਭਾਰਤ ਰਤਨ ਮਿਲ ਜੂ ਤਾਂ ਭਾਰਤ ਰਤਨ ਦੀ ਇੱਜ਼ਤ ਵਧੂਗੀ, ਕਿ ਭਾਰਤ ਰਤਨ ਜਿਹੜਾ ਉਹ ਹੈ ਬਾਈ ਜਿਹੜਾ ਹੁਣ ਤੱਕ ਭਗਤ ਸਿੰਘ ਹੋਰਾਂ ਨੂੰ ਮਿਲਿਆ ਊਧਮ ਸਿੰਘ ਹੋਰਾਂ ਨੂੰ ਮਿਲਿਆ ਹੋਇਆ। ਹੋਰ ਦੱਸ ਦਿੰਦਾ ਤੁਹਾਨੂੰ, ਮੇਰੇ ਕੋਲ ਤਾਂ ਅੰਦਰ ਲੀਆਂ ਨੇ, ਮੈਂ ਤਾਂ ਪਹਿਲਾਂ ਕੱਢ ਲਿਆਉਂਦਾ ਸੀ ਕੈਸਟਾਂ ਵੇਲੇ, ਹੁਣ ਤਾਂ ਮੈਂ ਵਿੱਚ ਅੰਦਰ ਵੜ ਗਿਆ ਇਹਨਾਂ ਦੇ। 2 ਭਾਰਤ ਰਤਨ ਅਵਾਰਡ ਇਹੋ ਜਿਹੇ ਨੇ RC ਸਾਹਿਬ, 2 ਭਾਰਤ ਰਤਨ ਅਵਾਰਡ ਇਹੋ ਜਿਹੇ ਨੇ, ਕਿਉਂਕਿ ਭਾਰਤ ਰਤਨ ਅਵਾਰਡ ਨੂੰ ਪ੍ਰਧਾਨ ਮੰਤਰੀ ਸਾਈਨ ਕਰਕੇ ਦਿੰਦਾ ਵੀ ਇਹਨੂੰ ਦੇ ਦਿੱਤਾ ਜਾਵੇ। ਭਾਰਤ ਦੇ 2 ਭਾਰਤ ਰਤਨ ਇਹੋ ਜਿਹੇ ਨੇ ਜਿਹੜੇ ਪ੍ਰਧਾਨ ਮੰਤਰੀਆਂ ਨੇ ਕਹਿਤਾ ਮੈਨੂੰ ਦੇ ਦਿੱਤਾ ਜਾਵੇ। ਨਾਮ ਦੱਸਾਂ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ, ਆਪ ਹੀ ਪ੍ਰਧਾਨ ਮੰਤਰੀ, ਆਪ ਹੀ ਭਾਰਤ ਰਤਨ ਲੈ ਲਿਆ। ਹੱਦ ਹੈ ਯਾਰ, ਹੱਦ ਹੈ ਯਾਰ। ਸੋ ਇਸ ਕਰਕੇ ਇਹ ਦੇਸ਼ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈਗਾ, ਗਦਰੀ ਬਾਬਿਆਂ ਦੇ ਨਾਂ ਲੈਣ 'ਤੇ ਨਾਂ ਨਹੀਂ ਪੂਰੇ ਦਾ ਜਾਣਦਾ ਕੋਈ, ਗਦਰੀ ਬਾਬੇ ਕਹਿ ਕੇ ਨਿਬੇੜ ਦਿੰਦੇ ਹਾਂ, ਕੁਰਬਾਨੀ ਇਕੱਲੇ ਇਕੱਲੇ ਦੀ ਸੀ, 9 ਇਕੱਲੇ ਇਕੱਲੇ ਦਾ ਖਿੱਚਿਆ ਗਿਆ ਸੀ ਉੱਥੇ, ਸ਼ਹੀਦਾਂ 'ਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਹਾਂ ਸ਼ਹੀਦ ਆਜ਼ਮ ਕਹਿ ਕੇ ਆਪਾਂ ਸਾਰੇ ਸ਼ਹੀਦਾਂ ਨੂੰ ਵਿੱਚ ਲੈ ਲੈਂਦੇ ਹਾਂ ਕਿ ਆਜ਼ਮ ਦੇ ਸ਼ਹੀਦ ਪੂਰੇ ਜਿੰਨੇ ਦੁਨੀਆਂ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹੀਦਾਂ ਦੇ ਸਰਤਾਜ ਭਗਤ ਸਿੰਘ ਹੋਰਾਂ ਦਾ ਨਾਂ ਲੈ ਲੈਂਦੇ ਹਾਂ। ਸੋ ਤੇਜਾ ਸਿੰਘ ਸਤੁੰਤਰ ਹੋਰਾਂ ਦੇ ਅੱਜ ਇੱਥੇ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ 'ਚ ਮੈਨੂੰ ਬੁਲਾਇਆ, ਮੈਂ ਬੰਤ ਸਿੰਘ ਬਰਾੜ ਜੀ ਦਾ, RC ਸਾਹਿਬ ਦਾ ਔਰ ਉਹਨਾਂ ਦੀ ਸਾਰੀ ਜਿੰਨੇ ਵੀ ਉਹਨਾਂ ਦੇ ਅਹੁਦਾਰ ਸਾਹਿਬਾਨ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਪਣੇ ਆਪ ਨੂੰ ਬਹੁਤ ਸਨਮਾਨਿਤ ਮਹਿਸੂਸ ਕਰਦਾ ਕਿ ਇਹੋ ਜਿਹੇ ਫੰਕਸ਼ਨ ਜਿਹੜੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹੁੰਦੇ ਨੇ ਹੋਣੇ ਚਾਹੀਦੇ ਆ। ਇਕੱਲੀਆਂ ਆਲੋਚਨਾ ਕਰਨ ਨੂੰ ਜਾਂ ਇਕੱਲੀਆਂ ਇੱਕ ਦੂਜੇ ਦੀਆਂ ਚੁਗਲੀਆਂ ਨਿੰਦਿਆ ਕਰਨ ਨੂੰ ਨਹੀਂ ਹੋਣੇ ਚਾਹੀਦੇ ਫੰਕਸ਼ਨ। ਹੁਣ ਆ ਜਾਂਦੇ ਆਪਾਂ ਆਪਣੇ ਕੰਮਾਂ 'ਤੇ। ਦੇਖੋ ਜਿਸ ਤਰ੍ਹਾਂ RC ਸਾਹਿਬ ਨੇ ਕਿਹਾ, ਤਾਣੀ ਬਹੁਤ ਉਲਝੀ ਪਈ ਹੈ, ਉਹਨੂੰ ਸੁਲਝਾਈ ਜਾਂਦੇ ਹਾਂ, ਸੁਲਝ ਜੂਗੀ, ਸਿਰਾ ਥਿਆ ਗਿਆ ਆਪਾਂ ਨੂੰ, ਆਪਾਂ ਰੇਹ ਪਾਉਂਦੇ ਹਾਂ ਯੂਰੀਆ, ਜਿਹੜਾ ਤਾਂ ਤਜਰਬੇਕਾਰ ਕਿਸਾਨ ਹੈ
ਉਹਨੂੰ ਪਤਾ ਹੁੰਦਾ ਇੱਧਰਲੇ ਪਾਸਿਓਂ ਖੋਲ੍ਹਣੀ ਹੈ, ਇੱਕ ਸਿਰਾ ਜਿਹਾ ਮਿਲ ਜੇ ਫਰਰ ਕਰਕੇ ਸਾਰੀ ਬੋਰੀ ਖੁੱਲ੍ਹ ਜਾਂਦੀ ਹੈ। ਜਿਹੜਾ ਨਵੇਂ ਤਜਰਬੇ ਕਰਦਾ ਹੁੰਦਾ ਉਹ ਪਰਲੇ ਪਾਸਿਓਂ ਖੋਲ੍ਹਦਾ, ਅੱਧਾ ਦਿਨ ਲੱਗ ਜਾਂਦਾ ਇੱਕ ਬੋਰੀ ਖੋਲ੍ਹਣ ਨੂੰ। ਉਹਨੂੰ ਆਪਾਂ ਨੂੰ ਸਿਰਾ ਤੇ ਆ ਗਿਆ, ਪੰਜਾਬ ਹੁਣ ਫਰਰ ਕਰਕੇ ਕਰਜ਼ੇ ਤੋਂ ਵੀ ਮੁਕਤ ਹੋਊਗਾ ਅਤੇ ਤੁਹਾਨੂੰ ਵੀ ਸਹੂਲਤਾਂ ਮਿਲਣਗੀਆਂ ਸਾਰੀਆਂ। ਅਸੀਂ ਬਿਜਲੀ ਫਰੀ ਕਰਨ ਦੀ ਗਰੰਟੀ ਲਈ ਕਿ ਬਿਜਲੀ ਫਰੀ ਕਰਾਂਗੇ। ਵਿਰੋਧੀ ਪਾਰਟੀਆਂ ਕਹਿੰਦੀਆਂ ਪੈਸੇ ਕਿੱਥੋਂ ਲਿਆਉਣਗੇ, ਸਾਨੂੰ ਪੁੱਛਦੇ ਰਹੇ ਪੈਸੇ ਕਿੱਥੋਂ ਲਿਆਉਣਗੇ। ਅਸੀਂ ਉਹਨਾਂ ਨੂੰ ਜਾਣ ਕੇ ਨਹੀਂ ਦੱਸਿਆ, ਸਾਨੂੰ ਪਤਾ ਸੀ ਪੈਸੇ ਇਹਨਾਂ 'ਚ ਹੀ ਪਏ ਨੇ, ਇਹਨਾਂ 'ਚੋਂ ਕੱਢਾਂਗੇ। ਹੋ ਗਈ ਨਾ ਬਿਜਲੀ ਫਰੀ, ਪੈਸੇ ਕਿੱਥੋਂ ਆਏ ਨੇ, ਇਹਨਾਂ 'ਚੋਂ ਜਿਨ੍ਹਾਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਇੱਥੇ ਆਉਂਦੀਆਂ ਨੇ। ਇੱਕ ਮੰਤਰੀ ਦੀ ਤਲਾਸ਼ੀ ਲਈ ਘਰ ਦੀ, ਕਰਪਸ਼ਨ ਦਾ ਕੇਸ ਚੱਲਦਾ, ਉਹਦੇ ਘਰ ਦੀ ਤਲਾਸ਼ੀ ਲਈ ਉਹਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ। ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਘਰੇ ਕਦੋਂ ਲਿਆਉਣ ਲੱਗ ਗਏ ਜੀ ਆਪਾਂ? ਇਹ ਤਾਂ ਬੈਂਕਾਂ 'ਚ ਹੁੰਦੀਆਂ ਨੇ। ਇਹਦਾ ਮਤਲਬ ਇੰਨਾ ਲੁੱਟਦਾ ਸੀ ਉਹ ਕਿ ਉਹਦੇ ਘਰ ਦਾ ਟੱਬਰ, ਸਾਰਾ ਟੱਬਰ ਜਵਾਬ ਦੇ ਗਿਆ ਵੀ ਸਾਥੋਂ ਨਹੀਂ ਰੋਜ਼ ਰੋਜ਼ ਗਿਣੇ ਜਾਂਦੇ, ਤਾਂ ਤੂੰ ਰੋਜ਼ ਦਾ ਕੰਮ ਹੈ ਉਹਦਾ ਮਸ਼ੀਨ ਲਿਆ। ਉਹਨਾਂ 'ਚੋਂ ਕੱਢੇ ਨੇ ਪੈਸੇ, ਹਜੇ ਹੋਰ ਕੱਢਾਂਗੇ। ਸਾ 9000 ਤੋਂ ਵੱਧ ਏਕੜ ਜ਼ਮੀਨ ਨਜਾਇਜ਼ ਕਬਜ਼ਿਆਂ 'ਚੋਂ ਛੁਡਾ ਚੁੱਕੇ ਹਾਂ ਜੀ। ਉਹ 'ਚੋਂ 7500 ਪੰਚਾਇਤਾਂ ਦੀ ਹੈ, 7500 ਏਕੜ ਪੰਚਾਇਤਾਂ ਦੀ ਹੈ ਜਿਹੜੀ ਦੱਬੀ ਹੋਈ ਸੀ ਵੱਡੇ ਬੰਦਿਆਂ ਨੇ। ਹੁਣ ਉਹ 'ਚੋਂ ਤੀਜਾ ਹਿੱਸਾ SC ਕਮਿਊਨਿਟੀ ਦਾ, ਦਲਿਤ ਭਰਾਵਾਂ ਦਾ, 2500 ਉਹ ਹੋ ਗਿਆ ਜੀ। ਇਹਦਾ ਮਤਲਬ 2500 ਏਕੜ ਦਾ ਠੇਕਾ ਉਹ ਗਰੀਬ ਪਰਿਵਾਰਾਂ ਨੂੰ ਵੀ ਜਾਊਗਾ, ਉਹ ਵੀ ਦੱਬੀ ਹੋਈ ਸੀ ਇਹਦਾ ਮਤਲਬ ਨਾਲ। ਅਸੀਂ ਬਿਜਲੀ 80% ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ। ਫਿਰ ਅਸੀਂ ਆ ਗਏ ਜੀ ਮੁਹੱਲਾ ਕਲੀਨਿਕਾਂ ਵੱਲ, 504 ਕਲੀਨਿਕ ਖੋਲ੍ਹਤੇ, ਸਾਰੀਆਂ ਦਵਾਈਆਂ ਫਰੀ ਨੇ, 40 ਤੋਂ ਵੱਧ ਟੈਸਟ ਫਰੀ ਨੇ। ਜਾਓ ਜੇ ਤਾਂ ਕੋਈ ਛੋਟਾ ਮੋਟਾ ਬੁਖਾਰ, ਜ਼ੁਕਾਮ, ਸਿਰ ਦੁਖਦਾ ਜਾਂ ਕੋਈ ਹੋਇਆ, ਉਹ ਉੱਥੇ ਠੀਕ ਹੋ ਕੇ ਆ ਜਾਓਗੇ। ਪਰ ਸਾਡੇ ਕੋਲ ਜਿਹੜਾ ਰਿਕਾਰਡ ਆ ਗਿਆ, 21,21,350 ਬੰਦੇ 31 ਮਾਰਚ 2023 ਤੱਕ ਉਹਨਾਂ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਵਾਪਸ ਜਾ ਚੁੱਕੇ ਨੇ। 21 ਲੱਖ, ਇਹਦਾ ਮਤਲਬ 21,21,000 ਬੰਦਿਆਂ ਨੂੰ ਵੱਡੇ ਹਸਪਤਾਲਾਂ 'ਚ ਨਹੀਂ ਜਾਣਾ ਪਿਆ, ਉਹਨਾਂ ਦੀਆਂ ਲਾਈਨਾਂ 'ਚ ਨਹੀਂ ਲੱਗਣਾ ਪਿਆ। ਇਹਦਾ ਮਤਲਬ ਉੱਥੇ ਵੀ ਥੋੜ੍ਹਾ ਜਿਹਾ ਰਸ਼ ਘੱਟ ਗਿਆ, ਅਤੇ ਨਾਲੇ ਸਾਡੇ ਕੋਲ ਇੱਕ ਡਾਟਾ ਆਊਗਾ। 1000 ਹੋ ਜਾਣਗੇ, 135 ਹੋਰ ਤਿਆਰ ਨੇ, ਆ 2-4 ਮਹੀਨੇ ਨੂੰ 1000 ਹੋ ਜਾਣਗੇ। 1000 ਤੋਂ ਬਾਅਦ ਸਾਡੇ ਕੋਲ ਇੱਕ ਡਾਟਾ ਆਊਗਾ, ਕਿਉਂਕਿ ਜਿਹੜਾ ਵੀ ਆਉਂਦਾ ਉਹਦਾ ਕੰਪਿਊਟਰ 'ਚ ਲਿਖਦੇ ਹਾਂ ਕਿ ਕਿਹੜੀ ਬਿਮਾਰੀ ਹੈ। ਉਹ ਸਾਰਾ ਡਾਟਾ ਸਾਡੇ ਕੋਲ ਜਦੋਂ ਆਊਗਾ, ਸਾਨੂੰ ਇਹ ਪਤਾ ਲੱਗ ਜੂਗਾ ਕਿ ਪੰਜਾਬ ਦੇ ਵਿੱਚ ਕਿਹੜੀ ਬਿਮਾਰੀ ਕਿਹੜੇ ਇਲਾਕੇ 'ਚ ਜ਼ਿਆਦਾ ਫੈਲ ਰਹੀ ਹੈ। ਫਰਜ਼ ਕਰ ਲਓ ਇਸ ਇਲਾਕੇ ਦਾ ਆਪਾਂ ਨੇ ਡਾਟਾ ਕੱਢ ਲਿਆ ਕਿ ਭਾਈ ਇੱਥੇ ਸ਼ੂਗਰ ਦੇ ਮਰੀਜ਼ ਜ਼ਿਆਦਾ ਆਉਂਦੇ ਨੇ, ਭਾਈ ਇੱਥੇ ਹੈਪੇਟਾਈਟਸ ਸੀ ਦੇ ਮਰੀਜ਼ ਜ਼ਿਆਦਾ ਆਉਂਦੇ ਨੇ, ਇੱਥੇ ਬੱਚਿਆਂ ਦੇ ਵਿੱਚ ਆਹ ਬਿਮਾਰੀ ਜ਼ਿਆਦਾ ਪਾਈ ਜਾਂਦੀ ਹੈ, ਇੱਥੇ ਹਾਈਪਰਟੈਂਸ਼ਨ ਦੇ ਕੇਸ ਆ ਰਹੇ ਨੇ, ਉਹਦੇ ਨਾਲ ਕੀ ਹੋਊਗਾ? ਆਪਾਂ ਉਸ ਇਲਾਕੇ ਦੇ ਵਿੱਚ ਸੁਧਾਰ ਵੀ ਕਰ ਸਕਾਂਗੇ, ਰਿਸਰਚ ਵੀ ਕਰ ਸਕਾਂਗੇ, ਅਤੇ ਲੋੜ ਮੁਤਾਬਕ ਸਪੈਸ਼ਲਿਸਟ ਡਾਕਟਰ ਅਤੇ ਸਪੈਸ਼ਲਿਸਟ ਹਸਪਤਾਲ ਵੀ ਖੋਲ੍ਹ ਸਕਦੇ ਹਾਂ ਕਿ ਇਸ ਇਲਾਕੇ 'ਚ ਬਿਮਾਰੀ ਫੈਲ ਰਹੀ ਹੈ, ਇਹਨੂੰ ਆਪਾਂ ਪਹਿਲੀ ਰੋਕ ਲਈਏ। ਇਹ ਸਕੀਮਾਂ ਨੇ ਸਾਡੀਆਂ, ਇਹ ਸਾਡੀਆਂ ਸਕੀਮ। ਅਸੀਂ ਹਰ ਰੋਜ਼ ਕੋਈ ਨਾ ਕੋਈ ਫੈਸਲਾ ਇਹੋ ਜਿਹਾ ਕਰਦੇ ਹਾਂ ਕਿ ਲੋਕਾਂ ਨਾਲ ਜੋ ਤੂੰ ਪਹਿਲਾਂ ਹੁੰਦਾ ਆਇਆ ਉਹ ਨਾ ਹੋਵੇ, ਲੋਕਾਂ ਨੂੰ ਕੋਈ ਰਾਹਤ ਮਿਲੇ, ਲੋਕਾਂ ਨੂੰ ਕੋਈ ਰਾਹਤ ਮਿਲੇ। 28,042 ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡ ਚੁੱਕੇ ਹਾਂ ਜੀ ਇੱਕ ਸਾਲ 'ਚ, 28,042। ਬਿਜਲੀ ਬੋਰਡ 'ਚ 3,835 ਨੇ, ਸੀਵਰੇਜ ਬੋਰਡ 'ਚ ਨੇ, ਨਰਸਾਂ ਰੱਖੀਆਂ ਨੇ, SDO ਰੱਖੇ ਨੇ ਵੱਖ ਵੱਖ ਮਹਿਕਮਿਆਂ 'ਚ, ਕਲਰਕ ਰੱਖੇ ਨੇ, ਜਿਹੜੇ ਸਟੈਨੋਗ੍ਰਾਫ ਰੱਖੇ ਨੇ, ਰਿਕਾਰਡ ਕੀਪਰ ਰੱਖੇ ਨੇ, ਔਰ ਇੱਕ ਵੀ ਕਿਸੇ ਨੂੰ ਇਹ ਕਿਹਾ ਨਹੀਂ ਕਿ MLA ਦੀ ਸਿਫਾਰਸ਼ ਚਾਹੀਦੀ ਹੈ ਜਾਂ ਕਿਸੇ ਕੋਲ ਜਾ ਕੇ ਪੈਸੇ ਦੇਣੇ ਪੈਣ। ਪੇਪਰ ਦਿਓ, ਜੇ ਪੇਪਰ 'ਚੋਂ ਪਾਸ ਹੋ ਗਏ, ਨੰਬਰ ਵਧੀਆ ਆ ਗਏ, ਤੁਹਾਡੇ ਘਰ ਚਿੱਠੀ ਆ ਜਾਊਗੀ ਵੀ ਆ ਜਾ ਨੌਕਰੀ ਲੈ ਜਾ। ਸਾਡੇ MLA ਦਾ ਇੱਕ ਤਾਂ ਫੋਨ ਆਇਆ ਮੈਨੂੰ, ਮੈਂ 642 ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣੇ ਸੀ ਇੱਕ ਦਿਨ ਬਾਅਦ, ਯਾਨੀ ਕਿ ਪਰਸੋਂ ਨੂੰ ਵੰਡਣੇ ਸੀ, ਮੈਨੂੰ ਇੱਕ ਦਿਨ ਪਹਿਲਾਂ ਫੋਨ ਆ ਗਿਆ, 2 ਦਿਨ
अब चल पे कोई नहीं टैक्निकल खराबी वह मैंने फोन आया कहना जो परसों 642 बन रहे हो जी नौकरियां मैं क्या हाँ एक कहना उस अपना ही मुंडा जमा ही मैं क्या अच्छा जी वधिया गल है कहना नहीं जी तीन नंबर से रह गया वो ना आया नहीं ऊ है अपना जमा ही मैं क्या भी फिर की करिए कहना देखो जी वो तो अपना वो जमा ही अपना नहीं मैं क्या फिर करिए दसो कहना फिर उन्होंने पाओ बिच मैं क्या 642 ने पोस्ट ही 642 ने 643 तो कर ही नहीं सकते कहना नहीं नहीं किसी को काट दो उन्होंने पा लो तो जमी अपना मैं क्या जी MLA साहब मैंने ये दसो जिन्हों कड़ांगे वो किदा वो भी तो अपना वह भी तो पंजाब का पोती है वो माँ भी परसों खंड वाले दही का चमचा मूँह च पा के भेजूगी भी जा पुत नौकरी लिया भैन का विह कर देंगे कबीलदारी लीते आजूगी मैं क्या अपने वाले कह जो जमी अपना उन्होंने कह भी थोड़ा जा पढ़ के ना अगली बार 6-7 नंबर बद लेके फिर आ जाए दोबारे ऐ नहीं कोई अपना सारा पंजाब ही अपना असी किसी ने दरियात नहीं करनी किसी की कोई सिफारिश नहीं करनी मैं एक हूँ ही हजे असिस्टेंट लाइनमैन दी पोस्टा निकलिया मैं इदा ही कहता भी कोई सिफारिश नहीं चलती कोई MLA नहीं तुम्हें कुछ कह सकता जो चलो जी नियुक्ति पत्र देन लग्या पहले ही आया मैं कि पिंड कहना स्तौज मैं क्या किनू कहा सी मेरी मम्मी भी स्तौज जाती रही है ना बेबे मैं बेबे जा किसी नू कहा था नहीं कहना ना मैं तो किसी नहीं कहा जी मैं की किया जी कहना पेपर दिता सी अर्जी आ गई कहना स्तौज दे दो आ तीन आ जी कहना मैं अच्छा फिर मैं उसे दस्या भी इदू बाद होर दसो की पारदर्शिता कर दिए कि मुख्यमंत्री दे छोटा जिहा पिंड है 2100 वोट है जी मुख्यमंत्री दे पिंड दे तीन मुंडे सरकारी नौकरी जने पर मुख्यमंत्री नूं नहीं पता कि वह कौन ने उन्होंने आपकी मेहनत नाल नौकरी ली है हुण इस गल करके उन्होंने गालां कढ़ी जाए ये तो मुख्यमंत्री दे पिंड दे ने ये तो रख जिवें बादल रखी जांदा सी आ चक्की जाओ बादल पिंड दे पनी आप कदे सरपंच नहीं जित्या उत्थों सो असी कदे किसी ने दरियात नहीं करते जे मेरे पिंड दे मुंडे कुड़ियां पढ़नगे उन्होंने भी नौकरी मिलेगी थोड़े पिंड वाले पढ़नगे असी देखते नहीं कितों के ने असं तो नंबर देखते हैं जी हूँ एक मुंडे नौकरी मिली पायल हल्के का SDO लग गया बिजली बोर्ड च पेपर दे के गया सी कनेडा वो तो मुड़े आया हूँ कहना मैं नहीं उत्थे रहना मैं तो इत्थे नौकरी करूँगा इत्थे रह लो अपने घर च रहिए जिस तरह कहा जा रहा बराड़ साहब वालों के अब तो बाहर भजी जाने बहर तां भजी जाने जी उरों पहलां दिखते ही कुछ नहीं सीगा नेरे ही नेरा दिखता सी चानण मुनारे थोड़े जे हुण दिखण लगे ने आपां इत्थे ही ठीक करांगे अपने घर नूं ही जे अपना घर खराब है तो अपना घर आपां ठीक करांगे पंजाब बहुत वारी डिग गया पर पंजाब बहुत वारी उठिया भी है किसानी वाले मामले च आ जाओ गन्ने का असी पिछले साल का सारा पैसा देता जी 392 करोड़ सी सारे पैसे साडे वल्लों देते उन्होंने शुगर केन नूं 380 रुपये क्विंटल साडा भा है सारे मुल्क तो वध है जी 380 रुपये तो असी मिलां नाल भी गल कर रहे हैं कि पहला पैसे दो फिर थोनू गन्ना देवे फिर बाद गल करांगे मिलां मैनू पता चलाकियां कर दियां ने वो असी उन्होंने हुण सकंजा कस रहे हैं फिर पिछली बार झोना बीजन वेले बिजली खुली आई झोना आया ट्राली का डाला खोलन सार तुल गई 24 घंटे 30 घंटे पैसे आ गए कोई दिक्कत नहीं ट्रांसपोर्ट की बारदाने की सारा प्रबंध असी पहला करके रखते हैं इदा ही ऐतकी होगा चलो कणक थोड़ी जी खराब हो गई लेट आई ने पर कोई मंडी च नहीं रोलन देवे तो नाल असी उन्होंने आख्या केंद्र नू के बेमौसमी बरसात पै गई बहुत फसलों नुकसान हो गया खड़िया फसलों जिहड़ियां पक्कियां हुई डिग पियां तो पानी आ गया उत्ते तो दाणा खराब होगा सिल भी होगी दाणा खराब होगा सानू ढिल दे दो रिलैक्सेशन दे दो भी खरीदण च FCI वालों उन्होंने की किया जी हाँ जी कर देंगे इन्ने परसेंट 18% तो असी कर देंगे जी वो तो बाद असी जे दाणा खराब है जा टुट्टिया होया है जा काला दाणा है तो फिर उस हिसाब नाल असी 21 रुपया का पर क्विंटल का बिजली बोर्ड पहली बार मनिया कहने सानू पहली बार पैसे मिले ने जी
ਪਹਿਲਾਂ ਸਾਨੂੰ ਇੱਧਰ ਉੱਧਰ ਹੀ ਕਦੇ ਕਹਿੰਦੇ ਸੀ ਇੱਧਰੋਂ ਕੱਟ ਲਓ, ਕਦੇ ਕਹਿੰਦੇ ਇੱਧਰੋਂ ਕੱਟ ਲਓ। ਉਹ ਬਿਜਲੀ ਦੇ ਕੱਟ ਲਾਈ ਜਾਂਦੇ ਸੀਗੇ। ਸੋ ਮੈਂ ਤੁਹਾਨੂੰ ਇਹ ਵਾਅਦਾ ਕਰਦਾ, ਹੁਣ ਤਾਂ ਇਹਨਾਂ ਨੇ ਬਣਾਈ ਹੋਈ ਆ 8 ਘੰਟੇ। 8 ਘੰਟੇ ਕਿਹਨੇ ਬਣਾਏ ਨੇ ਵੀ, ਤੁਹਾਨੂੰ ਪੁੱਛ ਕੇ ਬਣਾਏ ਨੇ 8 ਘੰਟੇ? ਕੀ ਪੁੱਛ ਕੇ ਬਣਾਏ? ਪੁੱਛ ਕੇ ਤੁਹਾਨੂੰ ਬਣਾਇਆ? ਫਿਰ ਐਵੇਂ ਬਣਾਤੇ 8 ਘੰਟੇ? ਕਿਹੜੇ ਖੇਤੀਬਾੜੀ ਸਪੈਸ਼ਲਿਸਟ ਨੇ ਕਿਹਾ ਵੀ 8 ਘੰਟੇ ਸਾਰਾ ਕੁਛ ਹੋ ਜਾਂਦਾ, ਠੀਕ ਹੋ ਜਾਂਦਾ?